ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਸ ਕਰਦਾ ਸਾਰੇ ਰਾਜੀ ਖੁਸ਼ੀ ਹੋਵੋਗੇ ਅੱਜ ਦਾ ਆਪਣਾ ਵਿਚਾਰ ਹੋਊਗਾ ਗੱਲ ਕਰਨ ਦਾ ਨਸ਼ਾ ਨਸ਼ਾ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਸ਼ੋਰ ਦਾ ਹੋ ਸਕਦਾ ਹੈ ਦਿਲ ਦਾ ਹੋ ਸਕਦਾ ਹੈ ਪੌਣ ਦਾ ਹੋ ਸਕਦਾ ਹੈ ਤਾਕਤ ਦਾ ਹੋ ਸਕਦਾ ਹੈ ਜਵਾਨੀ ਦਾ ਹੋ ਸਕਦਾ ਹੈ ਰੂਪ ਦਾ ਹੋ ਸਕਦਾ ਹੈ ਤੇ ਦੂਜੇ ਨਸ਼ੇ ਤਾਂ ਹੁਣੇ ਹੁਣੇ ਉਹਨਾਂ ਨੂੰ ਆਪਣੇ ਗੱਲ 'ਚ ਲਿਆਉਣ ਦਾ ਤੋਵੇ ਹੈ ਨਹੀਂਗਾ ਅੱਜ ਤੇ ਆਪਾਂ ਦੇਖੇ ਹੋਗਾ ਕਈ ਵਾਰੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਕੋਈ ਪੁਲਸਲਾ ਹੋ ਗਿਆ ਜਾਂ ਕੋਈ ਫਾਰਮੂਲਾ ਜਮ ਹੋ ਗਿਆ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੇ ਆਪਣੇ ਅਹੁਦੇ ਦਾ ਬੜਾ ਰੋ ਮਾਰਦੇ ਇਹਨਾਂ ਗੱਲਾਂ ਟੀਕਿਆ ਬਾਰੇ ਗੱਲ ਕਰਾਂਗੇ ਅੱਜ ਆਪਾਂ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਕਿ ਜਿਹੜੇ ਬੰਦੇ ਕਾਮਯਾਬੀ ਜਾਂ ਸ਼ੋਹਰਤ ਦੀ ਬੁਲੰਤੀ ਤੇ ਪਹੁੰਚੇ ਹੈ ਉਹ ਆਪਣੇ ਹੀ ਸਮਾਜ ਚੋਂ ਨਿਕਲੇ ਆ ਆਪਣੇ ਭੈਣ ਭਰਾ ਹੈਗੇ ਆਪਣੇ ਇੱਕ ਸਮਾਜ ਦਾ ਹਿੱਸਾ ਹੈ ਫਿਰ ਉਹ ਅਹੁਦੇ ਦੇ ਜਾਂ ਕਿਤੇ ਭੋਰ ਉੱਚੀ ਪੋਸਟ ਤੇ ਪਹੁੰਚ ਕੇ ਐਦਾਂ ਦਾ ਬਿਹੇਵ ਕਿਉਂ ਕਰਨ ਲੱਗ ਜਾਂਦੇ ਆ ਕਿ ਜਿਵੇਂ ਆ ਪਾਉਣਾ ਤੋਂ ਵੱਖ ਹੋਈਏ ਜਾਣ ਤੋਂ ਨੀਵੇਂ ਹੋਈਏ ਗੱਲ ਕਰਨ ਦਾ ਤਰੀਕਾ ਹੀ ਬਦਲ ਜਾਂਦਾ ਹੈ ਇੱਕ ਕਈ ਗੱਲਾਂ ਮੇਰੇ ਨਾਲ ਵੀ ਆ ਵਾਪਰੀਆਂ ਆ ਆਪਾਂ ਕਈ ਵਾਰੀ ਵੀਡੀਓ ਵੀ ਦੇਖਦੇ ਆ ਕੋਈ ਇੱਕ ਦੋ ਵਾਰੀ ਮੈਂ ਦੇ ਪੁਲਿਸ ਵਾਲਾ ਦੇ ਗਾਲਾਂ ਕੱਢੀ ਜਾਂਦੇ ਹੁੰਦੇ ਆ ਬਿਨਾਂ ਕਿਸੇ ਗੱਲ ਤੋਂ ਉਹੀ ਆਪਕੇ ਸੋਕੇ ਹੋਈ ਜਾਂਦੇ ਆ ਕੋਈ ਗੱਲ ਨਹੀਂ ਹੁੰਦੀ ਬਾਤ ਨਹੀਂ ਹੁੰਦੀ ਸਾਰੇ ਨਹੀਂ ਵਿੱਚੋਂ ਕਈ ਸਾਰੇ ਨਹੀਂ ਆਪਾਂ ਕਹਿ ਸਕਦੇ ਸਾਰੇ ਮਾੜੇ ਆ ਸਾਰੇ ਚੰਗੇ ਆ ਹਰ ਇੱਕ ਡਿਪਾਰਟਮੈਂਟ ਚੰਗੇ ਲੋਕ ਵੀ ਆ ਮਾੜੇ ਵੀ ਹੈ ਹਰ ਇੱਕ ਧਰਮ ਚੰਗੇ ਵੀ ਹੈ ਮਾੜੇ ਵੀ ਹਰ ਇੱਕ ਸਮਾਜ ਚੰਗੇ ਲੋਕ ਵੀ ਮਾੜੇ ਲੋਕ ਵੀ ਤੇ ਇਹੇ ਚੀਜ਼ਾਂ ਆਪਾਂ ਨੂੰ ਵਿਚਾਰਨੀ ਹੈ ਚਾਹੀਦੀਆਂ ਕਿ ਮੈਂ ਆਪਦੇ ਕਿਸੇ ਦੱਸਦਾ ਵੀ ਜਿਵੇਂ ਜਦੋਂ ਕੋਈ ਬੰਦਾ ਮੇਰੇ ਨਾਲ ਵਾਪਰੀਆਂ ਗੱਲਾਂ ਮੈਂ ਪਾਸਪੋਰਟ ਬਣਵਾਉਣ ਵਾਸਤੇ ਅਪਲਾਈ ਕੀਤਾ ਸੀਗਾ 2015 ਚ 2015 ਚ 14 ਜਨਵਰੀ ਬੈਠਦੀ ਹੈ ਪੁਲਿਸ ਵਾਲੇ ਦੀ ਭਾਈ ਪੁਲਿਸ ਨੇ ਮੈਨੂੰ ਕਾਲ ਕੀਤੀ ਪੁਲਿਸ ਵਾਲਾ ਕਾਲ ਕੀਤੀ ਹਾਲਾਂਕਿ ਮੈਂ ਤਾਂ ਸਿਰਫ ਇਨਕੁਆਰੀ ਸੀ ਮੇਰੀ ਤੇ ਉਹ ਬੰਦੇ ਨੇ ਮੈਨੂੰ ਟ੍ਰੀਟਮੈਂਟ ਕੀਤਾ ਜਿਵੇਂ ਮੈਂ ਕ੍ਰਿਮੀਨਲ ਹੋਵਾਂ ਮੈਂ ਬਾਹਰ ਸੀ گاਉਂਸ ਦੇ ਨੂੰ ਤੇ ਮੈਨੂੰ ਕਾਲ ਕੀਤੀ ਕਹਿੰਦਾ ਅੱਜ ਆਜੀ ਆ ਜਾ ਹੁਣ ਆਇਆ ਤਾਂ ਤੇਰੀ ਇਨਕੁਆਰੀ ਆਈ ਹੈ ਮੈਂ ਕਹੀ ਮੈਂ ਕੱਲ ਆ ਸਕਦਾ ਪਾ ਗਿਆ ਗਾਲੀ ਭੇਗਿਆ ਮੇਰੇ ਮਾਤਾ ਮੈਂ ਤਾਂ ਤਰਲੇ ਕਰਕੇ ਉਹਨੂੰ ਮੈਂ ਕਿਹਾ ਅਗਲੇ ਦਿਨ ਗਏ ਭਈ ਇਨਕੁਆਰੀ ਕਰਨੀ ਸੀ ਜਿਹੜੀ ਉੱਥੇ ਉਹਨਾਂ ਨੇ ਐ ਹਵਾਲਿਆ ਜਿਵੇਂ ਵੀ ਆਪਾਂ ਆਏ ਹੁੰਨੇ ਆ ਕਿਸੇ ਚੋਰੀ ਦੇ ਕੇਸ ਬੈਠੇ ਰਹੇ ਅਸੀਂ ਦੋ ਤਿੰਨ ਘੰਟੇ ਬੈਠ ਬੂਠ ਕੇ ਤੇ ਸਾਈਨ ਸੂਨ ਕਰਵਾਏ ਸਾਡੇ ਤੋਂ ਤੇ ਕੋਈ ਇਹ ਨਹੀਂ ਵਿਚਾਚ ਤਰ੍ਹਾਂ ਗੱਲ ਕੀਤੀ ਹੋਵੇ ਜਾਂ ਪੁੱਛਗਿੱਛ ਕੀਤੀ ਹੋਵੇ ਆਪਦੇ ਉਹਨਾਂ ਨੇ ਪੈਸੇ ਲਏ ਮੇਰੇ ਤੋਂ ਜਿਹੜੀ ਮੇਰੇ ਕਹਿੰਦੇ 500 ਲਿਆ ਜੀ ਮੇਰੇ ਤੋਂ 500 ਲੱਗੂਗਾ ਬਈ ਸਾਈਨ ਕਰਦੇ ਤੇ ਤਰੀ ਇਨਕੁਆਰੀ ਹੋ ਜੂਗੀ ਚਲ ਠੀਕ ਹੈ ਬਈ ਮੈਨੂੰ ਬੜੀ ਆਈ ਹੈ ਮੇਰੇ ਵੀ ਹੈ ਤਾਂ ਸਰਵਿਸ ਹੈ ਲੋਕਾਂ ਦੀ ਇਹ ਹੈ ਆਪਣੇ ਵਰਗੇ ਬੰਦੇ ਹੀ ਹੈ ਉਹਨਾਂ ਚੋਂ ਇੱਕ ਬੰਦਾ ਮੇਰੇ ਨਾਲ ਵੀ ਪੜਦਾ ਰਿਹਾ ਹੈ ਮੈਂ ਪਛਾਣ ਗਿਆ ਉਹਨੂੰ ਮੈਨੂੰ ਆਖਿਆ ਬਈ ਯਾਰ ਤੈਨੂੰ ਦੇਖਿਆ ਲੱਗਦਾ ਮੈਂ ਕਿਹਾ ਹਾਂ ਬਈ ਦੇਖਿਆ ਰਹੇਗਾ ਪਰ ਉਸ ਬੰਦੇ ਨੇ ਆਇਆ ਨਹੀਂ ਕਿ ਆਪਾਂ ਇਕੱਠੇ ਪੜਦੇ ਰਹਿਆ ਦੋ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੀ ਹੋਊਗੀ ਤੇ ਇਕੱਠੇ ਪੜਦੇ ਰਹਿਣ ਨਹੀਂ ਤਾਂ ਇਹ ਕਿਉਂ ਵੀ ਚਲ ਠੀਕ ਹੈ ਵੀ ਤੁਹਾਡੇ ਕੋਲ ਉਹਦਾ ਹੈਗਾ ਜਾਂ ਤਾਕਤ ਹੈਗੀ ਹੈ ਜਾਂ ਕੁਝ ਵੀ ਹੈ ਪਰ ਬੰਦੇ ਨੂੰ ਬੰਦਾ ਤਾਂ ਸਮਝੋ ਨਾ ਤੁਸੀਂ ਚਲ ਆਪਾਂ ਆ ਗਏ ਆਪਾਂ ਕੀ ਕਰਨਾ ਆਪਣਾ ਕੰਮ ਹੋ ਗਿਆ ਚਲ ਆ ਗਏ ਫਿਰ ਦੂਜਾ ਇਨਸੀਡੈਂਟ ਹੋਇਆ ਮੇਰੇ ਨਾਲ ਮੈਂ ਜਦੋਂ ਅਖੀਰਲੀ ਵਈ ਗਿਆ ਪਿੰਡ ਗਿਆ ਸੀਗਾ ਤੇ ਬੈਂਕ 'ਚ ਸਾਡੇ ਪਿੰਡ ਬੈਂਕ ਹੈ ਬੈਂਕ 'ਚ ਮੇਰਾ ਪੁਰਾਣਾ ਖਾਤਾ ਸੀ ਉਹ ਬੰਦ ਹੋਇਆ ਪਿਆ ਸੀ ਮੈਂ ਕਿਹਾ ਚਲ ਕਰਵਾ ਦਿੰਦੇ ਥੋੜੇ ਪੈਸੇ ਪਏ ਸੀ ਮੈਂ ਨਾਲੇ ਪੈਸੇ ਕਰਵਾ ਲਾਂਗੇ ਮੈਂ ਗਿਆ ਸਾਰਾ ਕੰਮ ਕਰਵਾ ਕਰੂ ਕੇ ਤੇ ਉਥੇ ਕੈਸ਼ੀਅਰ ਬੈਠੀ ਸੀ ਕੁੜੀ ਮੈਂ ਉਥੇ ਗਿਆ ਮੈਂ ਕਿਹਾ ਭੈਣ ਜੀ ਮੇਰੇ ਐ ਕਰਕੇ ਚੈੱਕ ਹੈਗਾ ਮੇਰਾ ਤੇ ਮੇਰੇ ਪੈਸੇ ਕੱਢ ਦਿਓ ਉਹ ਮੈਨੂੰ ਹੱਥ ਨਾਲ ਇਸ਼ਾਰਾ ਕਰਦੀ ਵੀ ਮੈਂ ਗੱਲ ਕਰ ਰਹੀ ਹਾਂ ਕਿਸੇ ਨਾਲ ਫੋਨ ਤੇ ਲੱਗੀ ਦੀ ਮੈਂ ਘੱਟੋ-ਘੱਟ 15-20 ਮਿੰਟ ਖੜਾ ਰਿਹਾ ਉੱਥੇ ਪਰ ਉਹਨਾਂ ਨੇ ਕੋਈ ਮੈਨੂੰ ਅਰ ਜਵਾਬ ਨਹੀਂ ਦਿੱਤਾ ਮੈਂ ਫੇਰ ਕਹਾਂਗਾ ਭੈਣ ਜੀ ਵੀ ਦੇ ਜਿੱਕੇ ਬੋਲੀ ਸੇ ਇੰਟਰਨੈਟ ਖਰਾਬ ਹੈ ਮੈਂ ਕਿਹਾ ਵੀ ਇੰਟਰਨੈਟ ਖਰਾਬ ਹੈ ਤੇ ਮੈਂ ਉਹਨੂੰ ਤੁਸੀਂ ਹੂੰ ਦੱਸ ਦੋ ਵੀ ਇੰਟਰਨੈਟ ਖਰਾਬ ਹੈ ਭਾਈ ਬਾਅਦ ਸਵੇਰੇ ਆ ਜੀ ਪਰਸੋ ਆ ਜੀ ਜਦੋਂ ਵੀ ਤੁਹਾਡਾ ਇੰਟਰਨੈਟ ਚੱਲੂਗਾ ਮੈਨੂੰ ਦੱਸ ਦੋ ਕਿ ਤੁਸੀਂ ਔਖੇ ਹੁੰਦੇ ਤਾਂ ਲੋਡ ਨਹੀਂ ਫਿਰ ਮੈਂ ਮੈਨੇਜਰ ਕੋਲੇ ਗਿਆ ਮੈਨੇਜਰ ਮੈਨੇਜਰ ਬੰਦਾ ਠੀਕ ਸੀ ਕਰ ਮੈਨੇਜਰ ਕਹਿੰਦਾ ਸਾਡਾ ਇੰਟਰਨੈਟ ਬੰਦਾ ਜੇ ਮੈਂ ਚੱਲ ਕੋਈ ਗੱਲ ਨਹੀਂ ਉਸ ਨੂੰ ਮੈਨੂੰ ਸੋਚ ਕੇ ਆਇਆ ਇਹ ਮੈਨੂੰ ਘਟੋ ਘਟ 15 20 ਮਿੰਟ ਖੜਾਈ ਰੱਖਿਆ ਫੋਨ ਤੇ ਗੱਲ ਕਰੇਗੀ ਪਰ ਉਹਨੇ ਇਹ ਨਹੀਂ ਜੇ ਮੈਂ ਤੇ ਨਹੀਂ ਚੱਕੀ ਵੀ ਮੈਂ ਬੰਦੇ ਨੂੰ ਦੱਸਦਾ ਆ ਵੀ ਭਾਈ ਇੰਟਰਨੈਟ ਨਹੀਂ ਚੱਲੀ ਜਾਂਦਾ ਸਾਡਾ ਜਾਂ ਸਾਡੇ ਸਿਸਟਮ ਚ ਪ੍ਰੋਬਲਮ ਹੈ ਤਾਂ ਪੈਸੇ ਨਹੀਂ ਨਿਕਲਣੇ ਤੁਹਾਡੇ ਇਹ ਤੁਹਾਡਾ ਤੇ ਭਈ ਮੈਂ ਆ ਗਿਆ ਉਹ ਇਨਸੀਡੈਂਟ ਉਹ ਆ ਗਿਆ ਚੁੱਪਚਾਪ ਅਗਲੇ ਦਿਨ ਫੇਰ ਗਿਆ ਮੈਂ ਫੇਰ ਉਹੀ ਹਾਲ ਹੋਇਆ ਵੀ ਨਹੀਂ ਮੈਂ ਕਿਹਾ ਇਹ ਤਾਂ ਗਲਤ ਹੋ ਗਿਆ ਕੰਮ ਚਲ ਮੈਂ ਦੂਜੇ ਪਾਸੇ ਗਿਆ ਮੈਂ ਕਿਹਾ ਵੀ ਮੇਰੇ ਪੈਸੇ ਕਢ ਦਿਓ ਅੱਜ ਤੇ ਮੈਂ ਜਾਵਾਂ ਤੇ ਉਹ ਮਾਂ ਦੀ ਧੀ ਨੇ ਮੇਰੇ ਨਾਲ ਦੂਜੇ ਦਿਨ ਵੀ ਸੀ ਤੇ ਮੂੰਹ ਨਾ ਗੱਲ ਨਹੀਂ ਕੀਤੀ ਹਾਂ ਆ ਦੂਜਾ ਤੀਜਾ ਇਨਸੀਡੈਂਟ ਕੱਲ ਬਰਸੋਂ ਹੋਇਆ ਜਿਹੜਾ ਐਮਐਲਏ ਸਰਪੰਚ ਨੂੰ ਔਖਾ ਸੁਖ ਦਾਦਰੀ ਮਤਲਬ ਲਫੜੇ ਮਾਰ ਕੇ ਤੇ ਅੰਦਰ ਸਿੱਟਿਆ ਹੋਵੇ ਵੀ ਚਲ ਠੀਕ ਹੈ ਉਹ ਇੱਕ ਆਮ ਕਰਦਾ ਬੰਦਾ ਹੈ। ਇੱਕ ਗਰੀਬ ਕਰਦਾ ਬੰਦਾ ਸੀ ਜਿਹੜਾ ਐਮਐਲਏ ਬਣੇ ਹੈ। ਠੀਕ ਹੈ ਉਹ ਤਾਂ ਬੰਦਾ ਗੁਜ਼ਰਿਆ ਹੋਇਆ ਆਮ ਆਮ ਜ਼ਿੰਦਗੀ ਚ ਉਹ ਗਿਆ ਹੈ। ਉਹ ਫਿਰ ਵੀ ਬੰਦਾ ਉਹਨੂੰ ਬੋਲਣ ਦਾ ਤਰੀਕਾ ਬੰਦੇ ਨੂੰ ਬੰਦ ਠੀਕ ਹੈ ਮੰਨਦੇ ਆਪਾਂ ਇੱਕ ਵਾਰੀ ਮੰਨ ਲਿਆ। ਮੇਰਾ ਸਰਪੰਚ ਗਲਤ ਹੋਊਗਾ ਜਾਂ ਸਰਪੰਚ ਦਾ ਮੁੰਡਾ ਆਇਆ ਸਰਪੰਚ ਗਲਤ ਹੋਊਗਾ ਜੇ ਠੀਕ ਹੈ ਉਸ ਨੂੰ ਤੂੰ ਤਰੀਕੇ ਨਾਲ ਸਮਝਾ ਦੇ ਕਿ ਪੁਲਿਸ ਕੇਸ ਕਰਦੇ ਜੇ ਬਾਹਰ ਤੈਨੂੰ ਇਹਦਾ ਪੁਲਿਸ ਹੈਗੀ ਜੇ ਤੂੰ ਪੁਸਤ ਕਾਰਵਾਈ ਕਰਦੇ ਬੋਲਣ ਦਾ ਸਿਲਕਾ ਦੇਖ ਲਓ ਤੁਸੀਂ ਇੱਕ ਨਮਾਇੰਦੇ ਹੋ ਇੱਕ ਹਲਕੇ ਦੇ ਐਮ ਐਲ ਏ ਬਣਿਆ ਬੈਠਾ ਤੂੰ ਪਰ ਨਹੀਂ ਕਿਉਂਕਿ ਇਹ ਇਹ ਚੀਜ਼ਾਂ ਇਹ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਆਪਾਂ ਦੇਖਦੇ ਆ ਨਾ ਕਿ ਆਪਣੀ ਜਿਹੜੀ ਘਾਟ ਹੁੰਦੀ ਹੈ ਆਪਾਂ ਨੂੰ ਮਤਲਬ ਆਮ ਘਰਾਂ ਨੂੰ ਘਾਟ ਦੇ ਆਪਾਂ ਨੂੰ ਤਾਕਤ ਦਾ ਅਹਿਸਾਸ ਨਹੀਂ ਹੋਇਆ ਹੁੰਦਾ ਆਪਣੇ ਰਤਵੇ ਦਾ ਅਹਿਸਾਸ ਨਹੀਂ ਹੋਇਆ ਹੁੰਦਾ ਆਪਾਂ ਘਾਟ ਚ ਜਿੰਨੇ ਹੁੰਨੇ ਆ ਉਹ ਆਪਣਾ ਕੋਈ ਪੁਲਿਸ ਦੀ ਮਰ ਨਾ ਕਰੀ ਮਿਲ ਜੀ ਜਾਂ ਬੈਂਕ ਦੀ ਮਿਲ ਜੇ ਉਹਨੂੰ ਐਮ ਐਲ ਏ ਬਣ ਗਿਆ ਆਮ ਸੀ ਬੰਦਾ ਉਹ ਉਹ ਸਾਰੇ ਹੁਣ ਮੌਕੇ ਦੇ ਮਾਰ ਲੋ ਰੋ ਫੇਰ ਮੁੜ ਕੇ ਸਫਾਈਆਂ ਦੇਈ ਜਾਂਦੇ ਯਾਰ ਨਹੀਂ ਨਹੀਂ ਯਾਰ ਮੈਂ ਐ ਤਾਂ ਕਿਹਾ ਹੀ ਨਹੀਂ ਲਫੇੜੀਆਂ ਵਾਲੀ ਗੱਲ ਤਾਂ ਉਹ ਸਾਰੇ ਆਮ ਹੀ ਆ ਚਲ ਪਹਿਲਾਂ ਝੂਠ ਮਾਰ ਸਕਦਾ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਕੋਈ रिकॉर्ड करी रखदा रह है कि नके तो निकल ही औंदी है कोई ना कोई भी झूठ किथों छिपदा है आज कल सारा सामने आ ਜਾਂਦਾ ਹੈ ਸੱਚਾ ਸੱਚ ਥੋੜਾ ਟਾਈਮ ਲੱਗ ਜੂਗਾ ਪਰ ਆ ਜੂਗਾ ਹੋਰ ਕਈ ਇਨਸੀਡੈਂਟ ਹੋਇਆ ਪਾ ਇੱਕ ਇੱਕ ਵਾਰੀ ਵੀਡੀਓ ਦੇਖੀ ਸੀ ਮੈਂ ਉਹ ਪੁਲਿਸ ਵਾਲਾ ਗਾਲਾਂ ਕੱਢੀ ਜਾਂਦਾ ਸੀ ਕੱਲ ਪਰਸ ਦੇਖ ਕੇ दारू ਪੀ ਕੇ ਤੁਰਿਆ ਫਿਰਦਾ ਵੀ ਆਪਣੇ ਸਮਾਜ ਚੋਂ ਹੀ ਗਏ ਹੋ ਤੁਸੀਂ ਉਸ ਸਮਾਜ ਨੂੰ ਜੇ ਇਹ ਆਪਣੇ ਸੋਚ ਪੱਖੋਂ ਆਪਾਂ ਮੇਰੇ ਖਿਆਲ ਚ ਬਹੁਤ ਨੀਵੇਂ ਪੱਧਰ ਤੇ ਹੈਗੇ ਆ ਇੱਥੇ ਦੇਖਦੇ ਆ ਬਾਹਰ ਆਏ ਆ ਜੂ ਬਾਹਰ ਦੇਖਦੇ ਆ ਬਾਹਰ ਜਾਓ ਕਿਤੇ ਵੀ ਜਾਓ ਇਹਨਾਂ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਆ ਕੋਈ ਆਪਣਾ ਇੱਥੇ ਐਮਪੀਆ ਐਮਐਲ ਐਮਐਲ ਨਾਲ ਮਿਲ ਕੇ ਦਿਖਾ ਦੇਣਾ ਨਹੀਂ ਦਿਖਾ ਸਕਦਾ ਇੱਥੇ ਆਪ ਕਹਿੰਦੇ ਵੀ ਆਗੇ ਜੇ ਕੋਈ ਦਿੱਕਤ ਹੈਗੀ ਹੈ ਤਾਂ ਸਾਨੂੰ ਆ ਕੇ ਮਿਲੋ ਆ ਸਾਡੇ ਏਰੀਆ ਦਾ ਐਮਪੀ ਹੈਗਾ ਉਹਦਾ ਲੈਟਰ ਆਉਂਦਾ ਬਕਾਇਦਾ ਸਾਰਿਆਂ ਨੂੰ ਵੀ ਉਸ ਏਰੀਏ ਦੇ ਬੰਦਿਆਂ ਨੂੰ ਵੀ ਮੇਰਾ ਆਹ ਨੰਬਰ ਹੈ ਆਹ ਮੇਰਾ ਆਫਿਸ ਦਾ ਐਡਰੈਸ ਹੈ ਮੈਂ ਆਫਿਸ ਚ ਆਉਂਗਾ ਜੇ ਤੁਹਾਨੂੰ ਕੋਈ ਦਿੱਕਤ ਹੈਗੀ ਤਾਂ ਆਓ ਇਹੇ ਉਹਦਾ ਹੁਣ ਆਪਾਂ ਲੈ ਕੇ ਕੋਈ ਮਾੜਾ ਮੋਟਾ ਲੈ ਕੇ ਮਾੜਾ ਮੋਟਾ ਉਹਦਾ ਤੇ ਉਸ ਨੂੰ ਦੂਜਿਆਂ ਤੇ ਰੋਹ ਮਾਰੀ ਜਾਣਾ ਜਾਂ ਗੱਲ ਨਹੀਂ ਸੁੰਨੀ ਉਸਦੀ ਆਪ ਆਪ ਦੇ ਆਪ ਨੂੰ ਹੀ ਸਹੀ ਦੱਸਣਾ ਤਾਂ ਗਲਤ ਗੱਲ ਹੈ ਨਾ ਐਸ ਤੀਚੋਂ ਬਾਹਰ ਨੂੰ ਨਿਕਲਣਾ ਪਊਗਾ ਇਹ ਜਿਹੜੇ ਆਪਣੇ ਵੀ ਆਈ ਪੀ ਕਲਚਰ ਵਾਲਾ ਹੈਗਾ ਐਸ ਤੋਂ ਨਿਕਲਣਾ ਪਊਗਾ ਸਾਰੇ ਬੰਦੇ ਉਹ ਕੰਮ ਕਰ ਰਹੇ ਆ ਲਵਾਡੋ ਅਡ ਚਪਰਾਸੀ ਵੀ ਆਹਲਾ ਕੰਮ ਕਰ ਰਿਹਾ ਮੈਨੇਜਰ ਵੀ ਆਪਦਾ ਕੰਮ ਕਰ ਰਿਹਾ ਐਮਪਲੋਈ ਤਾਂ ਦੋਨੇ ਹੀ ਨੇ ਨਾ ਉਹ ਕੋਈ ਫਰਕ ਤਾਂ ਹੈ ਨਹੀਂਗਾ ਉਹਨਾਂ ਦਾ ਤਾਂ ਫੇਰ ਵੀ ਫਰਕ ਕਿਉਂ? ਕਿਉਂ ਉਸ ਚੀਜ਼ ਨੂੰ ਨਸ਼ਾ ਨਸ਼ਾ ਕਰਨ ਹੈ ਉਸ ਚੀਜ਼ ਦਾ ਕਿ ਯਾਰ ਮੈਂ ਉਹ ਤਾਂ ਮੈਂ ਰੱਬ ਬਣਿਆ ਰੱਬ ਨਹੀਂ ਬਣਿਆ ਤੂੰ ਕੋਈ ਨਹੀਂ ਹੈ ਸਾਡੇ ਇੱਥੇ ਅ ਮੈਂ ਜਿੱਥੇ ਕੰਮ ਕਰਦਾ ਕੰਮ ਫੈਕਟਰੀ 'ਚ ਉਹਦਾ ਸੀਈਓ ਕੰਮ ਕਰੀ ਜਾਂਦਾ ਜਗਤਨ ਮੇਰੇ ਨਾਲ ਮੈਨੂੰ ਪਤਾ ਨਹੀਂ ਸੀ ਵੀ ਇਹ ਸੀਈਓ ਹੈ ਉਹ ਗੱਲਾਂ ਐ ਜਿਵੇਂ ਆਪਾਂ ਆਮ ਕਰਦੇ ਆਂ ਮੈਂ ਚੰਗੀ ਤਰ੍ਹਾਂ ਜਾਣਦੇ ਵਾਂ ਇਹ ਗੱਲਾਂ ਕਰੀ ਜਾਂਦੇ ਸਾਡਾ ਨੈਸ਼ਨਲ ਮੈਨੇਜਰ ਆਉਂਦਾ ਹੁੰਦਾ ਉਹ ਆ ਕੇ ਗੱਲ ਕਰਦਾ ਪਤਾ ਹੀ ਨਹੀਂ ਲੱਗਦਾ ਵੀ ਨੈਸ਼ਨਲ ਮੈਨੇਜਰ ਹੈ ਕਿ ਉਹ ਦੂਜਾ ਆਮ ਬੰਦਾ ਹੈ ਕਿ ਵੀ ਮੇਰੇ ਨਾਲ ਕੰਮ ਕਰਨ ਵਾਲਾ ਬੰਦਾ ਹੈ ਆਪਣੇ ਇੱਥੇ ਥੋੜਾ ਬਣ ਜੇ ਤਾਂ ਰੱਬ ਹੀ ਮਨਨ ਵਾਲਾ ਕਹਿੰਦੇ ਇਹ ਚੀਜ਼ਾਂ ਨੂੰ ਨਿਕਲਣਾ ਪਊਗਾ ਪਰ ਉਹਨਾ ਜੋ ਸੋਚ ਉੱਚੀ ਕਰਨੀ ਪਊਗੀ ਜੇ ਉਹ ਸੋਚ ਉੱਚੀ ਹੋ ਜੂਗੀ ਆਪਣਾ ਸਮਾਜ ਚੰਗਾ ਸੁਧਰਨ ਲੱਗ ਜੂਗਾ ਅੱਜ ਦੀ ਵੀਡੀਓ ਇੱਥੇ ਹੀ ਹੈ। ਇੱਥੋਂ ਤੱਕ ਹੀ ਹੈ। ਆਸ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਹੈ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਕਮੈਂਟ ਚ ਦੱਸਿਓ ਕੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਨਸ਼ਾ ਕਰਨਾ ਚਾਹੀਦਾ ਜਾਂ ਉਹਦੇ ਦਾ ਆਕੜ ਦਿਖਾਉਣੀ ਚਾਹੀਦੀ ਹੈ ਜਾਂ ਨਹੀਂ। ਕਮੈਂਟ ਚ ਦੱਸਿਓ ਜਰੂਰ। ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਲਦੇ ਆ ਅਗਲੀ ਵੀਡੀਓ ਚ ਖੁਸ਼ ਰਹੋ ਆਬਾਦ ਰਹੋ